ਦੋ ਤਿੰਨ ਸਰਪ੍ਰਾਈਜ਼ਸ ਆ ਰਹੇ ਬਹੁਤ ਹੀ ਸ਼ੌਕਿੰਗ ਤੇ ਯਾਰ ਮੈਨੂੰ ਕਿਸੇ ਨੇ ਨਾ ਆਈ ਲਵ ਯੂ ਲਿਖ ਕੇ ਭੇਜਿਆ ਬਟ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਤੁਸੀਂ ਸਾਰੇ ਠੀਕ ਹੋਵੋ ਕੁਛ ਗਾਇਜ਼ ਅੱਜ ਮੈਂ ਬਹੁਤ ਵੱਡੀ ਅਪਡੇਟ ਲੈ ਕੇ ਆਇਆ ਤੁਹਾਡੇ ਲਈ ਸੋ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਓ ਅੱਜ ਦੀ ਵੱਡੀ ਅਪਡੇਟ ਵੱਲ ਜੋ ਕਿ ਸਨੇਹਾ ਕਟਿਆਲ ਦੀ ਸੀ ਸੋ ਗਾਇਜ਼ ਸਨੇਹਾ ਕਟਿਆਲ ਨੇ ਕੱਲ੍ਹ ਆਪਣੇ ਚੈਨਲ 'ਤੇ ਇੱਕ ਵਲੋਗ ਪਾਇਆ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਕੁਝ ਸਰਪ੍ਰਾਈਜ਼ ਆ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਵੀਡੀਓ ਉਹਨਾਂ ਨੇ ਕੀ ਕਿਹਾ ਸੋ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਬਹੁਤ ਜਲਦੀ ਹੀ ਨਵੇਂ ਵਲੋਗ ਦੇ ਵਿੱਚ ਤੁਹਾਡੇ ਲਈ ਦੋ ਤਿੰਨ ਸਰਪ੍ਰਾਈਜ਼ਸ ਆ ਰਹੇ ਨੇ ਬਹੁਤ ਹੀ ਸ਼ੌਕਿੰਗ ਤੇ ਜੈਨੂਇਨਲੀ ਸੀਰੀਅਸ ਗੱਲ ਆ ਕਿ ਇਹ ਸਰਪ੍ਰਾਈਜ਼ ਕਰੇ ਮਮਾ ਆਪਾਂ ਨੂੰ ਵੀ ਨਹੀਂ ਪਤਾ ਵੀ ਆਊਗਾ ਤੇ ਵਿੱਚ ਕਈਆਂ ਨੂੰ ਪਸੰਦ ਆਊਗਾ ਸਰਪ੍ਰਾਈਜ਼ ਕਈਆਂ ਨੂੰ ਮੈਨੂੰ ਪਤਾ ਨਹੀਂ ਆਊਗਾ ਬਟ ਉਹ ਚੀਜ਼ ਕਰਨੀ ਜ਼ਰੂਰੀ ਆ ਉਹ ਕਰਾਂ ਹਾਂਜੀ ਗਾਇਜ਼ ਤੁਸੀਂ ਦੇਖ ਲਿਓ ਵੀਡੀਓ ਗਾਇਜ਼ ਉਹਨਾਂ ਦੇ ਕੁਝ ਸਰਪ੍ਰਾਈਜ਼ ਆ ਰਹੇ ਉਹਨਾਂ ਨੇ ਕਿਹਾ ਬਹੁਤ ਹੀ ਸ਼ੌਕਿੰਗ ਸਰਪ੍ਰਾਈਜ਼ ਨੇ ਤੇ ਕਈਆਂ ਨੂੰ ਪਸੰਦ ਆਉਣਗੇ ਤੇ ਕਈਆਂ ਨੂੰ ਨਹੀਂ ਸੋ ਗਾਇਜ਼ ਤੁਹਾਨੂੰ ਕੀ ਲੱਗਦਾ ਕੀ ਸਰਪ੍ਰਾਈਜ਼ ਹੋ ਸਕਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਗਾਇਜ਼ ਵਧਦੇ ਅਗਲੀ ਅਪਡੇਟ ਵੱਲ ਜੋ ਕੀ ਹੈ ਮਿਸ ਨਰੂਲਾ ਦੀ ਸੋ ਗਾਇਜ਼ ਤੁਹਾਨੂੰ ਪਤਾ ਹੀ ਹੋਣਾ ਸੈਮ ਨਰੂਲਾ ਤੇ ਰੀਤ ਨਰੂਲਾ ਬਾਹਰ ਕੈਨੇਡਾ ਵਿੱਚ ਰਹਿੰਦੇ ਨੇ ਤੇ ਸੈਮ ਤੇ ਰੀਤ ਨੇ ਕੁਝ ਸਟੋਰੀਜ਼ ਪਾਈਆਂ ਸੀ ਆਓ ਤੁਹਾਨੂੰ ਦਿਖਾਉਂਦੇ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਇਕੱਠੀ ਪੈਸੇ ਲਾ ਛੱਡੇ ਇਕੱਠੀ ਯਾਰ ਮੈਨੂੰ ਕਿਸੇ ਨੇ ਨਾ ਆਈ ਲਵ ਯੂ ਲਿਖ ਕੇ ਭੇਜਿਆ ਬਟ ਕੱਪ ਤੇ ਕੀ ਆ ਕੱਪ ਤੇ ਲਵ ਯੂ ਲਿਖ ਕੇ ਭੇਜਿਆ ਕਹਿੰਦੇ ਹਾਂਜੀ ਗਾਇਜ਼ ਤੁਸੀਂ ਦੇਖ ਹੀ ਸਕਦੇ ਹੋ ਜਿੱਦਾਂ ਕਿ ਰੀਤ ਟਿਮ ਹੋਟਨ ਦੇ ਕੰਮ ਕਰਦੇ ਆ ਤੇ ਸੈਮ ਉਹਨਾਂ ਦੇ ਟਿਮ ਹੋਟਨ ਤੇ ਉਹਨਾਂ ਕੋਲ ਕੌਫੀ ਲੈਣ ਲਈ ਜਾਂਦੇ ਆ ਤੇ ਰੀਤ ਨੇ ਉਹਨਾਂ ਨੂੰ ਆਈ ਲਵ ਯੂ ਲਿਖ ਕੇ ਭੇਜ ਦਿੱਤਾ ਸੋ ਗਾਇਜ਼ ਤੁਸੀਂ ਦੇਖ ਹੀ ਸਕਦੇ ਹੋ ਸੋ ਗਾਇਜ਼ ਕਿਹਨੂੰ ਕਿਹਨੂੰ ਮਿਸਟਰ ਐਂਡ ਮਿਸ ਨਰੂਲਾ ਵਧੀਆ ਕੱਪਲ ਲੱਗਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਗਾਇਜ਼ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ